ਕੋਈ ਨੀ ਕੋਈ ਨੀ ਹਾਂ ਹਾਂ ਚਲੋ ਕੋਈ ਨੀ ਚਲੋ ਚਲੋ ਆਹ ਤੇਰੀ ਜਨਾਨੀ ਹੈ ਤੂੰ ਦੱਸ ਕੀ ਕਿਆ ਤੂੰ ਭੜਕਾਉਣ ਵਾਸਤੇ ਕਰਿਆ ਤੂੰ ਮੇਰੀ ਵਰਦੀ ਪਾੜੀ ਹੋ ਨਾ ਮੇਰੀ ਵਰਦੀ ਪਾੜੀ ਆ ਚਲੀ ਤੂੰ ਮੇਰੀ ਵਰਦੀ ਜਨਾਨੀ ਨੂੰ ਕਿਹਾ ਬੋਲਿਆ ਤੂੰ ਸਾਬਤ ਕਰਦੀ ਤੂੰ ਸਾਬਤ ਇਹਨੂੰ ਕਿਉਂ ਬੋਲਿਆ ਤੂੰ ਸਾਬਤ ਕਰਦੀ ਤੂੰ ਸਾਬਤ ਕਰਦੀ ਮਾਰਨ ਮਾਰੋ ਲੱਗੇ ਆਹ ਗੱਡੀ ਚਟਕੀ ਨੀ ਮਾਰੀ ਹੈ ਆਹ ਗੱਡੀ ਚਟਕੀ ਨੀ ਮਾਰੀ ਹੈ ਚਲੋ ਚੱਲੀਏ ਥੋੜੀ ਬਹੁਤੀ ਕੋਈ ਸਵੇਰ ਉਦਣ ਦੀ ਗੱਲ ਹੋਈ ਸੀਗੀ ਤੇ ਉਹ ਸਵੇਰੇ ਸਾਡੇ ਘਰੇ ਆਏ ਆ ਘਰੇ ਆ ਕੇ ਸਾਡੇ ਮੇਰੇ ਦਿਓਰ ਨਾਲ ਮਾਰ ਕੁੱਟ ਕਰਨ ਲੱਗ ਗਏ ਅਸੀਂ ਬੁੜੀਆਂ ਬੁੜੀਆਂ ਘਰੇ ਸੀਗੀਆਂ ਮੇਰੀ ਸੱਸ ਸੁਖਜੀਤ ਕੌਰ ਦੇ ਸੱਟਾਂ ਮਾਰ ਕੇ ਗਏ ਆ ਵੀ ਉਂਗਲ ਤੋੜ ਗਏ ਆ ਕੈਮਰੇ ਲੱਗੇ ਹੋਏ ਆ ਗਲੀ ਚ ਕੈਮਰੇ ਖੋਲ ਕੇ ਵੇਖੇ ਜਾਣ ਵੀ ਅਸੀਂ ਪੁਲਿਸ ਦੇ ਗੱਡੀ ਨੂੰ ਵੱਟੇ ਮਾਰੇ ਆ ਜਾਂ ਨਹੀਂ ਮਾਰੇ ਸਗੋਂ ਜਿਹੜੇ ਪੁਲਿਸ ਇੰਚਾਰਜ ਆਏ ਸੀ ਉਹਨਾਂ ਨੇ ਸਾਡੇ ਨਾਲ ਬਹਿਸਬਾਜ਼ੀ ਕੀਤੀ ਉਹ ਕਹਿੰਦੇ ਅਖੇ ਵੀ ਤੁਸੀਂ ਤਾਂ ਇਹ ਕਹਿੰਦੇ ਵੀ ਤੁਸੀਂ ਤਾਂ ਗੱਪ ਮਾਰਦੇ ਆ ਤੁਸੀਂ ਝੂਠ ਮਾਰੀ ਜਾਂਦੇ ਆ ਮੈਨੂੰ ਇਹ ਦੱਸੋ ਮੈਂ ਮੇਰੀ ਕੰਪਲੇਂਟ ਤੇ ਆ ਰਿਹਾ ਤੁਸੀਂ ਵੀਡੀਓ ਬਣਾਇਆ ਨਾ ਮੈਨੂੰ ਗਾਣਾ ਕੱਢੀਆ ਨਾ ਮੈਂ ਮੇਰੀ ਡਿਊਟੀ ਆ ਕਿਉਂ ਕੱਢੀਆਂ ਗਾਣਾ ਤੂੰ ਕਹਿੰਦੇ ਉੱਤੇ ਪਰਚਾ ਦੇ ਮੈਂ ਕੋਈ ਗੱਲ ਨਹੀਂ ਠੀਕ ਹੈ ਮੈਂ ਮੇਰੀ ਡਿਊਟੀ ਦਾ ਤੂੰ ਮੇਰੀ ਡਿਊਟੀ 'ਚ ਵਿਘਨ ਪਾਇਆ ਤੂੰ ਕੰਪਲੇਂਟ ਕੀਤੀ ਤੂੰ ਪੇਸ਼ ਕਰਦੀ ਵੀਡੀਓ ਤੂੰ ਵੀਡੀਓ ਪੇਸ਼ ਕਰਦੀ ਜੇ ਮੈਂ ਬੋਲਿਆ ਤਾਂ ਠੀਕ ਹੈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਮੈਂ ਕੰਪਲੇਂਟ 'ਤੇ ਆਇਆ ਤੂੰ ਠੀਕ ਹੈ ਨਾ ਮੇਰੇ ਤੇ ਪਰਚਾ ਦੇਣਾ ਨਾ ਠੀਕ ਹੈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਸੀਂ ਤਸਦੀਕ ਕਰਾਂਗੇ ਕੀ ਗੱਲ ਹੈ ਕੋਈ ਗੱਲ ਨਹੀਂ ਤੁਹਾਡੇ ਮੁਤਾਬਕ ਮੇਰਾ ਨਾਮ ਪੱਪੂ ਰਾਮ ਆ ਗੱਡੀ ਹੈ ਠੀਕ ਹੈ ਸੱਦਣ ਨਾਲ ਨਹੀਂ ਹੁੰਦਾ ਮੈਂ ਸੱਚਾਈ ਦੇਖਣੀ ਸੱਚਾਈ ਕੀ ਹੈ ਕਿਉਂ ਕਿਉਂ ਦੱਸ ਦੱਸ ਕੀ ਬਦਤਮੀਜ਼ੀ ਕੀਤੀ ਹੈ ਦੱਸ ਕੀ ਹੈ ਦੱਸ ਕੀ ਹੈ ਤੂੰ ਬਹਾਨਾ ਬਣਾਈ ਜਾਣਾ ਵੀ ਤੇਰੇ ਕਹਿਣ ਨਾਲ ਐਂ ਕਰੋ ਤੂੰ ਉੱਥੇ ਚੱਲ ਕੋਈ ਨਹੀਂ ਮੈਂ ਤੁਹਾਡੇ ਕਹਿਣ ਨਾਲ ਨਹੀਂ ਕਾਰਵਾਈ ਕਰਨੀ ਮੈਂ ਤਸਦੀਕ ਕਰਾ ਕੇ ਅਫਸਰ ਨੂੰ ਦੇ ਭੇਜੀ ਰਿਪੋਰਟ ਕੋਈ ਨਹੀਂ ਆਹ ਬੰਦਾ ਜੀ ਮੇਰੇ ਕੋਲੇ ਕੰਪਲੇਂਟ ਆਈ 112 ਦੀ ਮੈਂ ਮੇਰੀ ਡਿਊਟੀ ਤੇ ਆਇਆ ਇਹ ਬੰਦਾ ਮੇਰੀ ਡਿਊਟੀ 'ਚ ਵਿਘਨ ਪਾਇਆ ਇਹਦੀ ਮਾਂ ਮੇਰੇ ਗੱਲ ਪਈ ਹੈ ਆਹ ਇਹਦੀਆਂ ਜਨਾਨੀਆਂ ਹੈ ਮੈਂ ਮਾਨਯੋਗ DGP ਸਾਹਿਬ ਨੂੰ ਕਹਿ ਕੇ ਇਹਨਾਂ 'ਤੇ ਪਰਚਾ ਕਰਾਉਂਗਾ ਜਿਹੜੀ ਕਾਰਵਾਈ ਹੈ ਚਲ ਆ ਜਾਓ ਚਲ ਤੁਹਾਡਾ ਸੁਖਜੀਤ ਆ ਜੀ ਮੇਰੇ ਨਾਮ ਕਿਹੜੀ ਸਾਈਡ ਰਹਿੰਦੇ ਹੋ ਅਸੀਂ 5 ਪੀਂਟ ਟਿੱਬੇ ਤੇ ਰਹਿੰਦੇ 5 ਨੰਬਰ ਗਲੀ ਜੀ ਅਸੀਂ ਤਾਂ ਸਾਰਾ ਆਏ ਸੀ ਫਾਰਮ ਭਰੀ ਜਾਂਦੀਆਂ ਸੀ ਅੰਦਰ ਸੀਗੀਆਂ ਲਾਉਣ ਲੂਣ ਚੱਕਦੀਆਂ ਬੁੜੀਆਂ ਜਿਹੜੀਆਂ ਮੇਰਾ ਕਾਕੇ ਦਾ ਪਰਾਂ ਨੂੰ ਮੂੰਹ ਸੀਗਾ
ਚਾਹ ਪੀ ਕੇ ਹਟਿਆ ਸੀਗਾ ਤੇ ਉਹਨੇ ਮਗਰ ਦੀ ਆਖ ਉਹਦੇ ਪਤਾ ਲੱਗਾ ਜੇ ਥੱਪੜ ਥੱਪੜੀ ਹੋ ਕੇ ਤੇ ਮੈਂ ਫੜਿਆ ਤੇ ਭੱਜ ਕੇ ਜਾ ਵੜਿਆ। ਫੜਨ ਲੱਗਣਾ ਸੀ ਦੂਰੀ ਵਾਰ ਗੱਡਾ ਸੀ ਲੈ ਕੇ ਆਇਆ ਉਹ, ਅਸੀਂ ਕੈਮਰੇ ਪੁਲਿਸ ਨੂੰ ਇਹਨਾਂ ਨੂੰ ਵਿਖਾਏ ਆ, ਇਹ ਵੇਖ ਕੇ ਸਾਡੇ ਘਰ ਪੁਲਿਸ ਆਈ, ਇਹਨੂੰ ਦੱਸਿਆ ਸਾਰਾ ਕੁਛ, ਸਾਡੇ ਬਰ ਖਿਲਾਫ਼ ਹੀ ਇਹ ਚੱਲਣ ਲੱਗ ਗਿਆ ਤੇ ਉਹਨਾਂ ਨੂੰ ਕੈਮਰੇ ਵੀ ਖੋਲ੍ਹ ਕੇ ਵਿਖਾਏ ਆ ਤੇ ਮੁੜ ਕੇ ਸਾਡੇ ਬਰ ਖਿਲਾਫ਼ ਹੀ ਚੱਲਣ ਲੱਗ ਗਿਆ। ਰੰਜਿਸ਼ ਕੀ ਸੀਗੀ ਤੁਹਾਡੇ ਮੁੰਡੇ ਨਾਲ ਜੀ? ਉਹ ਜੀ ਪਹਿਲਾਂ ਚੰਡੀਗੜ੍ਹ ਰਹਿੰਦੇ ਸੀ, ਕੋਈ ਮੁੰਡਾ ਮੁੰਡਾ ਦੀ ਹੋ ਗਈ ਹੋਣੀ ਆ ਗੱਲ, ਇੰਨੀ ਗੱਲ ਸੀ ਇੱਥੇ ਤਾਂ ਕੋਈ ਗੱਲ ਵੀ ਨਹੀਂ ਹੋਈ ਜੀ। ਮੈਂ ਸਾਬਤ ਕਰੂੰ ਵੀ ਮੈਂ ਮੇਰੀ ਡਿਊਟੀ ਆਇਆ ਤਾਂ ਤੂੰ ਗੱਲ ਪਿਆ ਮੇਰੇ, ਮੈਂ ਸਾਬਤ ਕਰੂੰਗਾ। ਠੀਕ ਹੈ ਨਾ, ਬੁਲਾਇਆ ਜਨਾਨੀ ਨਾਲ ਬਦਤਮੀਜ਼ੀ ਨਾਲ ਕਿਉਂ? ਤੂੰ ਸਾਬਤ ਕਰਦੀ ਕਿ ਆ ਲੈ ਜਨਾਨੀ ਜੀ, ਜਨਾਨੀ ਮੁੱਕਰਦੀ ਆ? ਕੋਈ ਗੱਲ ਨਹੀਂ ਨਾ, ਤੇਰੇ ਮੁਤਾਬਕ ਕਾਰਵਾਈ ਕਰੀਏ ਤਾਂ ਠੀਕ ਹੈ, ਕੋਈ ਗੱਲ ਨਹੀਂ। ਵਰਦੀ ਪਾਈਏ ਤਾਂ ਇਹਦੀ ਕੋਈ ਨਹੀਂ, ਇੱਕ ਮਿੰਟ ਵਰਦੀ ਪਾਈ, ਸਾਰਿਆਂ ਦੀ ਸੁਣਨੀ ਪਏਗੀ, ਸਰਕਾਰ ਦਾ ਖੰਮਿਓ। ਠੀਕ ਹੈ, ਸੁਣ ਜਾ ਰਹੇ ਸੀ, ਵੀਡੀਓ ਦੇਖ ਰਹੇ ਸੀ ਨਾ, ਜਦੋਂ ਸਾਹਮਣੇ ਤੁਹਾਡਾ ਵੱਟਾ ਆ ਗਿਆ ਤੂੰ ਉੱਠਾ ਗਿਆ, ਕਿਹੜਾ ਵੱਟਾ ਆ ਗਿਆ? ਉਹ ਤਾਂ ਵੀਡੀਓ 'ਚ ਵੀ ਹੈਗਾ, ਜਨਾਨੀ ਨੂੰ ਅੰਦਰ ਬਦਤਮੀਜ਼ੀ ਨਾਲ ਕਿਉਂ ਬੋਲਦਾ ਤੂੰ? ਯਾਰ ਮੈਂ ਇਹ ਗੱਲ ਕਹੀ ਨਾ, ਮੈਂ ਇਹ ਗੱਲ ਕਹੀ ਨਾ, ਤੁਹਾਡੇ ਘਰੋਂ ਵੱਟਾ ਆਇਆ ਤੂੰ ਸੌ ਖਾ ਕੇ ਦੱਸ, ਮੈਂ ਤੂੰ ਸੌ ਖਾ ਵੱਟੇ ਬਰਾਬਰ ਚੱਲੇ, ਮੈਂ ਦੇਖੀ ਨਾ ਆਪਾਂ, ਮੈਂ ਇਹ ਗੱਲ ਕਹੀ ਨਾ, ਬੜੀ ਬੜੀ ਵੱਟੇ ਚੱਲਣਗੇ। ਯਾਰ ਮੈਂ ਇਹ ਗੱਲ ਕਹੀ ਨਾ ਵੀ ਤੇਰੇ ਘਰੋਂ ਵੱਟਾ ਆਇਆ ਪਰ ਤੇਰੇ ਘਰੇ ਵੱਟੇ ਮਾਰਦੇ, ਤੁਹਾਡਾ ਘਰ ਤੇਰਾ ਕਸੂਰ ਕੋਈ ਨਹੀਂ। ਹਾਂ ਨਹੀਂ ਇਹ ਤਾਂ ਹਾਂਜੀ, ਫੇਰ ਹੋਰ ਦੱਸ ਕੀ ਕਹਾਂ, ਵੀਡੀਓ ਵੇਖੀ ਜਾਣਾ, ਵੇਖ ਲਈ ਵੀਡੀਓ ਤੁਹਾਨੂੰ ਭੇਜਤੀ ਉਹਨੇ, ਹਾਂ ਤੇ ਫਿਰ ਤੁਸੀਂ ਕਾਰਵਾਈ ਕਰ ਲਓ ਆਦੀ, ਅਗਲੇ ਦਿਨ ਤੁਸੀਂ ਯਾਰ ਅਗਲੇ ਦਿਨ ਤਾਂ ਤਸਦੀਕ ਕਰਾਂਗੇ। ਠੀਕ ਹੈ ਨਾ, ਮੈਂ ਕਰਾ ਦੂੰਗਾ, ਐ ਕਰਾ ਦੂੰਗਾ, ਕੀ ਕਰਨੀ? ਕੋਈ ਗੱਲ ਨਹੀਂ, ਤੂੰ ਕਰ ਬਾਈ। ਠੀਕ ਹੈ ਜੀ, ਜਿਹੜਾ ਕੁਛ ਜਿਹੜਾ ਮਿਲ ਤੋਇਆ ਮੈਂ ਕੋਈ ਲੈਣਾ, ਅਸੀਂ ਇਹਦੀ ਇਹ ਰਾਜ ਸਰਕਾਰ ਦੀ ਗੱਡੀ ਹੈ, ਸਰਕਾਰ ਦੀ ਗੱਡੀ ਕੀ ਅੱਛਾ, ਜਨਾਨੀਆਂ ਨੇ ਤੁਹਾਨੂੰ ਕਹਾਂਗੇ, ਤੂੰ ਦੱਸਣਾ ਕਿਹੜੀ ਜਨਾਨੀ ਬੁਲਾ, ਉਹਨਾਂ ਦੇ ਘਰੇ ਜਾ ਕੇ ਬੁਲਾਏ ਉਹਨਾਂ ਦੇ, ਚੱਲ ਠੀਕ ਹੈ, ਉਹ ਤੂੰ ਮੇਰੀ ਬਾਹਰ ਨਾ ਪੜ, ਉਹ ਤੂੰ ਆ ਮੇਰੀ ਬਾਹਰ, ਆ ਮੇਰੀ ਵਰਦੀ ਪਾੜਦੀ ਤੂੰ, ਆਇਆ ਆਇਆ ਚੱਲੀਏ, ਮੇਰੀ ਵਰਦੀ ਪਾੜਦੀ ਤੂੰ। ਇੱਕ ਅਰਚਨਾ ਵੱਲੋਂ ਪਹਿਲਾਂ ਕੰਪਲੇਂਟ ਆਈ, ਅਰਚਨਾ ਰਾਣੀ ਵੱਲੋਂ ਉਹ ਆਈ ਸੀ ਅਜੀਤ ਨਗਰ ਦੀ, ਅਸੀਂ ਉਸ ਕੰਪਲੇਂਟ ਦੇ ਸੰਬੰਧ ਵਿੱਚ ਉੱਥੇ ਸੀ, ਇੰਨੇ ਨੂੰ ਭੁਪਿੰਦਰ ਸਿੰਘ ਦੀ ਇੱਕ ਕੰਪਲੇਂਟ ਆ ਗਈ ਅਤੇ ਨਾਲ ਹੀ ਇੱਕ ਕੰਪਲੇਂਟ ਅਮਰਜੀਤ ਸਿੰਘ ਵੱਲੋਂ ਆ ਗਈ, ਦੋਵੇਂ ਇੱਕੋ ਜਿਹੇ ਹੈ। ਅਸੀਂ ਜਦੋਂ ਮੌਕੇ 'ਤੇ ਗਏ ਇਸ ਕੰਪਲੇਂਟ ਦੀ ਤਸਦੀਕ ਦੇ ਵਿੱਚ, ਉਹ ਕਹਿਣ ਲੱਗੇ ਵੀ ਕੋਈ ਬੰਦਾ ਵਿੱਕੀ ਨਾਂ ਦਾ ਬੰਦਾ ਉਹ ਸਾਡੇ ਘਰੇ ਵੜਿਆ, ਗੰਡਾਸੀ ਉਹਦੇ ਹੱਥ 'ਚ ਸੀ, ਇੱਟਾਂ ਰੋੜੇ ਮਾਰੇ ਹੈ ਅਤੇ ਨਾਲ ਹੀ ਇੱਕ ਕੈਮਰਾ ਸੀ। ਮੈਂ ਕਿਹਾ ਵੀ ਆਹ ਉਹ ਕੈਮਰਾ ਤਾਂ ਤੁਹਾਡਾ ਘਰ ਆ ਰਿਹਾ ਆਪਾਂ ਦੇਖੀ। ਜਦੋਂ ਅਸੀਂ ਕੈਮਰਾ ਦੇਖਣ ਲੱਗੇ, ਕੈਮਰੇ ਦੇ ਵਿੱਚ ਉਹ ਬੰਦਾ ਗੰਡਾਸੀ ਲੈ ਕੇ ਆਉਂਦਾ, ਇਹਨਾਂ ਦੇ ਘਰੇ ਵੀ ਵੜਦਾ, ਬਾਅਦ 'ਚ ਬਾਹਰ ਚਲਾ ਜਾਂਦਾ, ਫਿਰ ਦੋਵਾਂ ਪਾਸੋਂ ਇੱਟਾਂ ਰੋੜੇ ਚੱਲਦੇ। ਜਦ ਮੈਂ ਕਿਹਾ ਨਾ ਵੀ ਆਹ ਦੇਖੋ ਤੁਸੀਂ ਦੋਵਾਂ ਪਾਸੋਂ ਇੱਟਾਂ ਰੋੜਾ ਤੁਹਾਡੇ ਪਾਸੋਂ ਵੀ ਆ ਰਿਹਾ, ਉਹ ਬੰਦੇ ਭੜਕ ਗਏ। ਕਿਉਂ ਭੜਕੇ? ਕਿ ਜਿਹੜਾ ਬੰਦਾ ਭੁਪਿੰਦਰ ਸਿੰਘ ਸੀ ਨਾ, ਇਹ ਚੰਡੀਗੜ੍ਹ ਰਹਿੰਦਾ ਸੀ ਅਤੇ ਕੋਈ ਇਸ਼ੂ ਨਾਮ ਦੀ ਲੜਕੀ ਹੈ ਜਿਹਦਾ ਇਹ ਲਕੋ ਰਿਹਾ, ਉਹਦੇ ਨਾਲ ਇਹਦੀ ਵੀ ਗੱਲਬਾਤ ਸੀ ਅਤੇ ਉਹ ਵਿੱਕੀ ਦੀ ਵੀ ਗੱਲਬਾਤ ਸੀ, ਉਹਦੇ ਕਰਕੇ ਦੋਵਾਂ 'ਚ ਟਸਲਬਾਜ਼ੀ ਸੀ। ਅਤੇ ਮੈਂ ਕਿਹਾ ਵੀ ਆਹ ਦੇਖੋ ਅਸੀਂ ਤਸਦੀਕ ਕਰਕੇ ਜੋ ਵੀਡੀਓ ਮੁਤਾਬਕ ਜੋ ਕਾਨੂੰਨੀ ਮੁਤਾਬਕ ਕਾਰਵਾਈ ਹੈ ਉਹ ਘਰੇ ਵੜਿਆ ਉਹਦੇ ਖਿਲਾਫ਼ ਕਾਰਵਾਈ ਕਰਾਂਗੇ, ਪਰ ਆ ਵੱਟੇ ਤੁਹਾਡੇ ਪਾਸੇ ਤਾਂ ਆਏ ਨਾ। ਇੰਨੀ ਗੱਲ ਕਹਿੰਦੇ ਜੀ ਉਹ ਤਹਿਸ਼ 'ਚ ਆ ਕੇ ਬੁਰਾ ਭਲਾ ਕਹਿਣ ਲੱਗੇ, ਧੱਕਾ ਮੁੱਕੀ ਕਰਨ ਲੱਗੇ। ਠੀਕ ਹੈ ਜੀ, ਅਸੀਂ ਆਖਿਆ ਚਲੋ ਉੱਧਰ ਤਸਦੀਕ ਕਰਕੇ, ਫਿਰ ਸਾਡੀ ਗੱਡੀ ਦੇ ਮਗਰ ਇਹਨਾਂ ਸ਼ਰਾਰਤ ਨਾਲ ਸਾਡੇ ਵੱਟੇ ਮੁੱਟੇ ਮਾਰੇ ਗੱਡੀ ਦੇ ਪਿੱਛੇ, ਗੱਡੀ ਦੇ ਪਿੱਛੇ ਵੱਜਿਆ ਕੋਈ ਨਹੀਂ ਪਰ ਚਲਾਵੇਂ ਵੱਟੇ ਜ਼ਰੂਰ ਮਾਰੇ ਇਹਨਾਂ ਨੇ। ਅਤੇ ਫਿਰ ਅਸੀਂ ਆ ਕੇ ਆਪਣੇ ਐੱਸ ਐੱਚ ਓ ਸਾਹਿਬ ਸਰਦਾਰ ਸਿਟੀ ਬੰਦ ਸਾਹਿਬ ਨੂੰ ਦੱਸਿਆ, ਉਹਨਾਂ ਨੇ ਤੁਰੰਤ ਕਿਹਾ ਵੀ ਇਹਦੀ ਤਸਦੀਕ ਕਰਾਂਗੇ ਅਤੇ ਕਾਰਵਾਈ ਕਰਾਂਗੇ। ਠੀਕ ਹੈ ਜੀ, ਵਰਦੀ ਨੂੰ ਹੱਥ ਪਾਇਆ, ਕੋਈ ਹੱਥ ਫੜਨ ਦੀ ਵੀ ਗੱਲ ਆ ਰਹੀ ਹੈ ਵੀਡੀਓ ਦੇ ਵਿੱਚ? ਉਹ ਦੇਖੋ ਜਦੋਂ ਧੱਕਾ ਮੁੱਕੀ ਕਰਦੇ ਨਾ, ਜਦ ਉਹ ਬੰਦੇ ਕੀ ਜੀ ਉਹ ਤਹਿਸ਼ 'ਚ ਆ ਕੇ ਉਤਾਰੂ ਹੋ ਗਏ, ਆਪਣਾ ਹੁਣ ਰੋਜ਼ ਦਾ ਕੰਮ ਆਪਾਂ ਤਾਂ ਧੀਰਜ ਨਾਲ ਲੈਣਾ, ਉਹ ਵੀਡੀਓ ਬਣਾਉਣ ਲੱਗੇ ਤੁਸੀਂ ਐਂ ਕਰਦੇ ਹੋ, ਤੁਸੀਂ ਕਰਦੇ ਹੋ, ਮੇਰੀ ਜਨਾਨੀ ਨੂੰ ਫੜ ਲਿਆ, ਮੇਰੀ ਜਨਾਨੀ ਨੂੰ ਧੱਕੇ ਮਾਰ ਦੇ। ਮੈਂ ਕਿਹਾ ਵੀ ਜੇ ਅਸੀਂ ਕੋਈ ਗੱਲ ਸਾਬਤ ਕੀਤੀ ਸਾਬਤ ਕਰਦੀ, ਤੇ ਫਿਰ ਤੁਸੀਂ ਇਹ ਮੌਕੇ 'ਤੇ ਜਿਹੜਾ ਹੈਗਾ ਕੀ ਕਾਰਵਾਈ ਕਰਾ ਰਹੇ ਹੋ, ਜਿਸ ਤਰ੍ਹਾਂ ਤੁਹਾਡੀ ਸਰਕਾਰੀ ਵਿਲੰਗਣਾ ਦੇ ਚੱਕਰ? ਗੱਲ ਕੀ ਹੈ, ਅਸੀਂ ਐੱਸ ਐੱਚ ਓ ਸਾਹਿਬ ਸਿਟੀ ਵੰਨ ਬਹੁਤ ਸਿਆਣੇ ਹੈ, ਮੈਨੂੰ ਉਹਨਾਂ 'ਤੇ
ਬਹੁਤ ਮਾਣ ਹੈ, ਉਹ ਤਸਦੀਕ ਕਰਨਗੇ, ਤਸਦੀਕ ਕਰਨਗੇ, ਜੋ ਯੋਗ ਕਾਰਵਾਈ ਉਹ ਜ਼ਰੂਰ ਅਮਲ 'ਚ ਲਿਆਵਾਂਗੇ, ਉਹ ਪੁਲਿਸ ਦਾ ਮਨੋਬਲ ਨਹੀਂ ਡਿੱਗਣ ਦਿੰਦੇ ਜੀ। ਅਤੇ ਇੱਕ ਵੇਖਿਆ ਜਾਵੇ 112 ਜਿਹੜੀ ਹੈ ਲੋਕਾਂ ਦੀ ਸੁਵਿਧਾ ਵਾਸਤੇ ਬਣ ਰਹੀ ਹੈ, ਅਤੇ ਪਰ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਵਿਵਹਾਰ ਕੀਤਾ ਜਾ ਰਿਹਾ ਜੀ? ਕੀ ਹੈ ਕਿ ਉਹ ਜਿਹੜਾ ਏਰੀਆ ਨਾ, ਜਿਹੜੇ ਲੋਕ ਗਲਤ ਹੈ, ਜਿਹਨਾਂ ਨੂੰ ਪੁਲਿਸ ਚੰਗੀ ਨਹੀਂ ਲੱਗਦੀ, ਉਹ ਪੁਲਿਸ ਦੇ ਖਿਲਾਫ਼ ਬੋਲਦੇ ਹੈ, ਉਹ ਕਦੋਂ ਚਾਹੁੰਦੇ ਕਿ ਪੁਲਿਸ ਟਾਈਮ ਨਾਲ ਆਵੇ, ਪੁਲਿਸ ਗੱਲ ਕਰੇ? ਠੀਕ, ਦੇਖੋ ਨਾ ਤਾਂ ਅਸੀਂ ਦੋਵਾਂ ਪਾਰਟੀਆਂ ਵਿੱਚ ਸਾਡਾ ਕੋਈ ਪੱਖ ਨਹੀਂ ਹੈ, ਅਸੀਂ ਤਾਂ ਇੱਕ ਬੰਦਾ ਕੰਪਲੇਂਟ ਕਰਦਾ, ਉਹ ਫਿਰ ਕਹਿੰਦੇ ਅਸੀਂ ਕੰਪਲੇਂਟ ਕੀਤੀ ਤੁਸੀਂ ਉਵੇਂ ਕਾਰਵਾਈ ਕਰੋ। ਮੈਂ ਕਿਹਾ ਵੀ ਇਹ ਤਸਦੀਕ ਕਰਦੇ ਹਾਂ, ਜੋ ਸੱਚਾਈ ਆ ਉਵੇਂ ਕਰਾਂਗੇ। ਠੀਕ, ਹੱਥ ਵਿੱਚ ਤਾਂ ਕੁਛ ਨਹੀਂ ਸੀ, ਰੁਕੋ ਨਾ ਆਊਗਾ ਇਧਰੋਂ ਬਾਅਦ ਚ ਆਊਗਾ।